ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ ਬ੍ਰह्म ਕਬਜ ਦੀ ਗੁਰਬਾਣੀ ਦਸਵੇਂ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੇ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਰਕ ਕਲਮਾ ਪੜ ਕੇ ਸਾਡੇ ਸਿੰਘਾਂ ਤੇ ਸ਼ਸਤਰ ਨਹੀਂ ਚੱਲਣ ਦਿੰਦੇ ਆਪ ਕਿਰਪਾ ਕਰਕੇ ਤੁਰਕਾਂ ਦੀਆਂ ਕਲਮਾ ਸਿੰਘਾਂ ਜਾਂ ਗਰਸਤੀ ਪਰਿਵਾਰਾਂ ਤੇ ਅਸਰ ਨਾ ਕਰਨ ਤੇ ਦਸਵੇਂ ਪਾਤਸ਼ਾਹ ਜੀ ਨੇ ਪਰਮ ਕਵਚ ਉਹਨਾਂ ਨੂੰ ਬਖਸ਼ਿਆ ਬਚਨ ਕੀਤਾ ਇਸ਼ਨਾਨ ਕਰਕੇ ਨਿਤਨੇਮ ਕਰਨ ਤੋਂ ਬਾਅਦ ਜਲ ਕੋਲ ਰੱਖ ਕੇ 32 ਵਾਰੀ ਇਸ ਦਾ ਜਾਪ ਕਰਨਾ ਹੈ ਕਟ ਨਹੀਂ ਕਰਨਾ ਵੱਧ ਜਿੰਨਾ ਮਰਜੀ ਪੜੋ ਜੋ ਗ੍ਰਸਤੀ ਹਨ ਉਹਨਾਂ ਨੇ ਇਹ ਪਾਠ ਬੈੱਡ ਤੇ ਬੈਠ ਕੇ ਨਹੀਂ ਕਰਨਾ ਥੱਲੇ ਚਿੱਟਾ ਕਪੜਾ ਵਿਛਾ ਕੇ ਪੂਰਬ ਦਿਸ਼ਾ ਵੱਲ ਮੁਖ ਕਰਕੇ ਅੱਗੇ ਜਲ ਰੱਖ ਕੇ ਪੜਨਾ ਹੈ ਫੌਜੀ ਜੰਗ ਜਾਨ ਤੋਂ ਪਹਿਲਾਂ ਇਸ ਦਾ ਸਵਾ ਲੱਖ ਪਾਠ ਕਰਨ ਗ੍ਰਸਤੀ ਕੱਟੋ ਕਟ ਬੱਤੀ ਵਾਰੀ ਰੋਜ਼ ਕਰੇ ਜਾਲ ਚੱਕਣਾ ਘਰ ਵਿੱਚ ਦੁਕਾਨ ਵਿੱਚ ਜੋ ਗੱਡੀਆਂ ਜੋ ਵੀ ਕੋਈ ਕੀਤਾ ਕਰਦਾ ਉਸ ਤੇ ਉਹ ਛਿੜਕਣਾ ਜੋ ਵੀ ਇਹ ਪਾਪ ਕਰੇਗਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੇਗੀ ਉਹਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੋਣੀਆਂ ਸਾਰੇ ਪਾਪਾਂ ਦਾ ਨਾਸ਼ ਹੋਏਗਾ ਅੰਤ ਸਮੇਂ ਮੁਕਤੀ ਮਿਲੇਗੀ ਬ੍ਰह्म ਕਵਚ ਤੋਂ ਪਾਵੇ ਬ੍ਰਮੰਡ ਦੀਆਂ ਸ਼ਕਤੀਆਂ ਉਹਦਾ ਕਵਚ ਪਾਣ ਜਾਂਦਾ ਉਹਨਾਂ ਸਾਰੀਆਂ ਸ਼ਕਤੀਆਂ ਦਾ ਤੇ ਉਹ ਸਾਡੀ ਰੱਖਿਆ ਕਰਦੀਆਂ ਹਨ ਜਿੰਨਾ ਅਸੀਂ ਕਿਸੇ ਚੀਜ਼ 'ਚ ਗੁੜ ਪਾਉਂਦੇ ਆ ਉਹਨਾ ਹੀ ਮਿੱਠਾ ਹੁੰਦਾ ਉਸ ਹਿਸਾਬ ਨਾਲ ਜੇ ਅਸੀਂ ਬ੍ਰह्म ਕਵਚ ਪਾੜਦੇ ਆ ਬੱਤੀ ਮਾਲਾ ਕਰਦੇ ਆ ਤਾਂ ਸਾਨੂੰ ਉਹਨਾ ਹੀ ਫਲ ਮਿਲਦਾ ਜੇ ਇਸ ਤੋਂ ਜ਼ਿਆਦਾ ਕਰਾਂਗੇ ਤਾਂ ਸਾਨੂੰ ਉਹਨਾ ਹੀ ਫਲ ਮਿਲੇਗਾ ਕਿਸਕ ਨੇ ਕਿਹਾ ਮੈਂ ਬਾਹਰ ਦੇ ਮੁਲਕ ਰਹਿੰਦਾ ਸੀ ਅਤੇ ਉੱਥੇ ਹੀ ਕਿਰਤ ਕਮਾਈ ਕਰਦਾ ਸੀ ਮੇਰੇ ਘਰ ਮੇਰੇ ਪਿਤਾ ਜੀ ਬਿਮਾਰ ਹੋ ਗਏ ਅਤੇ ਮੈਂ ਬਾਹਰੋਂ ਇੱਥੇ ਆ ਗਿਆ ਮੈਂ ਜੋ ਕਮਾਇਆ ਸੀ ਉਹ ਵੀ ਆਪਣੇ ਨਾਲ ਲੈ ਕੇ ਆ ਗਿਆ ਪਿਤਾ ਜੀ ਦੀ ਹਾਲਤ ਦਿਨ-ਬਦਨ ਹੋਰ ਖਰਾਬ ਹੁੰਦੀ ਜਾ ਰਹੀ ਸੀ ਮੈਂ ਜੋ ਕਮਾਇਆ ਮੈਂ ਸਭ ਉਹਨਾਂ ਦੇ ਲਾਤਾ ਪਰ ਕਿਸੇ ਪਾਸੋਂ ਕੋਈ ਆਰਾਮ ਨਹੀਂ ਮਿਲਿਆ ਅਤੇ ਜੋ ਵੀ ਹੈਗਾ ਸੀ ਉਹ ਤਾਂ ਸਭ ਖਰਚ ਚੁੱਕਿਆ ਸੀ ਘਰ ਦੇ ਵਿੱਚ ਗਰੀਬੀ ਆ ਗਈ ਫਿਰ ਮੈਂ ਕਿਤੋਂ ਸੁਣਿਆ ਕਿ ਬ੍ਰਹਮ ਕਵਚ ਦਾ ਪਾਠ ਕਰੀਏ ਤਾਂ ਸਭ ਮਿਲ ਜਾਂਦਾ ਹੈ ਇਹ ਸਭ ਬਿਮਾਰੀਆਂ ਕਲੇਸ਼ਾਂ ਅਤੇ ਗਰੀਬੀ ਨੂੰ ਦੂਰ ਕਰਨ ਦਾ ਇੱਕੋ ਇੱਕ ਰਾਹ ਹੈ ਅਤੇ ਉਹਨਾਂ ਫਿਰ ਇੱਕ ਸੰਤ ਜੀ ਪਾਸੇ ਗਏ ਕਿ ਆ ਸੰਤ ਜੀ ਮੈਂ ਇਹ ਸੁਣਿਆ ਮੈਂ ਪਹਿਲਾਂ ਹੀ ਬੜਾ ਦੁਖੀ ਹਾਂ ਜੇ ਤੁਸੀਂ ਮੈਨੂੰ ਦੱਸ ਦੋ ਕਿ ਇਸ ਦਾ ਕੋਈ ਫਲ ਹੈਗਾ ਤੇ ਮੈਂ ਕਰ ਲਾਂ ਨਹੀਂ ਤੇ ਵਾਹਿਗੁਰੂ ਜਿਵੇਂ ਮੇਰੀ ਜ਼ਿੰਦਗੀ ਚੱਲ ਰਹੀ ਹੈ ਮੈਂ ਵਾਹਿਗੁਰੂ ਉਵੇਂ ਚਲਾ ਲਾਂਗਾ ਸੰਤ ਜੀ ਕਹਿੰਦੇ ਸਵੇਰੇ ਉੱਠ ਇਸ਼ਨਾਨ ਕਰ ਸਾਫ਼ ਕੱਪੜਾ ਥੱਲੇ ਵੀ ਚਾ ਉਸ ਉਪਰਜਲ ਜੇ ਜੋਤ ਲਗਾ ਸਕਦਾ ਹੈ ਅਤੇ ਲਗਾ ਅਤੇ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਲਈ ਤੇ ਉਸ ਤੋਂ ਬਾਅਦ ਇਹ ਪਾਠ ਆਰੰਭ ਕਰੀ ਜੋ ਗੁਰੂ ਦੀ ਕੁਰਬਾਨੀ ਤੇ ਗੁਰੂ ਤੇ ਸੰਦੇਹ ਕਰਦੇ ਨੇ ਉਹ ਕਦੇ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਉਸ ਨੂੰ ਆਪਣੇ ਗੁਰੂ ਤੇ ਹੀ ਯਕੀਨ ਨਹੀਂ ਭਰੋਸਾ ਨਹੀਂ ਹੈ ਤੇ ਹੋਰ ਕਿਸ ਤੇ ਕਰੇਗਾ ਜਿਸ ਨੂੰ ਖੁਦ ਤੇ ਆਪਣੇ ਗੁਰੂ ਤੇ ਭਰੋਸਾ ਨਹੀਂ ਨਾ ਉਹ ਸਮਝ ਲਓ ਉਹਨੂੰ ਆਪਣੇ ਆਪ ਤੇ ਵੀ ਭਰੋਸਾ ਨਹੀਂ ਹਮੇਸ਼ਾ ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸਤਿਵਚਨ ਕਹਿ ਕੇ ਪਰਵਾਨ ਕਰੋ ਇਹੀ ਸਾਡੀ ਸਿੱਖੀ ਕਹਿੰਦੀ ਹੈ ਕਿਉਂਕਿ ਜਿਵੇਂ ਇੱਕ ਮਾਤਾ ਪਿਤਾ ਆਪਣੇ ਬੱਚੇ ਦਾ ਕਦੀ ਗਲਤ ਨਹੀਂ ਸੋਚਦੇ ਉਵੇਂ ਉਹ ਗੁਰੂ ਨੇ ਉਹ ਗੁਰੂ ਵੀ ਕਦੀ ਸਾਡਾ ਗਲਤ ਨਹੀਂ ਸੋਚਣਗੇ ਜੇ ਮਾਤਾ ਪਿਤਾ ਕੋਈ ਗੱਲ ਕਹਿੰਦੇ ਨੇ ਉਹ ਸੋਚ ਵੀ ਚਾਜ ਕੇ ਪਰਖ ਕੇ ਗੱਲ ਕਰਦੇ ਹਨ ਤਾਂ ਕਿ ਇਸ ਤੇ ਮੇਰੇ ਬੱਚੇ ਦੀ ਭਲਾਈ ਹੈ ਉਵੇਂ ਗੁਰੂ ਜੀ ਸਾਡੇ ਲਈ ਸੋਚ ਪਰਖ ਕੇ ਉਹ ਰਾਹ ਚੁਣਦੇ ਨੇ ਕਿ ਇਸ ਤੇ ਮੇਰਾ ਸਿੱਖ ਚੱਲੇਗਾ ਤੇ ਹਮੇਸ਼ਾ ਸੁਖੀ ਹੀ ਰਹੇਗਾ ਇਸ ਲਈ ਕਦੇ ਵੀ ਗੁਰਾਂ ਦੇ ਬਚਨ ਤੇ ਜੋ ਗੁਰੂ ਬੋਲਦੇ ਨੇ ਉਹ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਹਮੇਸ਼ਾ ਸਤਬਚਨ ਕਹਿ ਕੇ ਪਰਵਾਣ ਕਰਨੇ ਚਾਹੀਦੇ ਨੇ ਇੱਕ ਵਾਰ ਰਾਤ ਦਾ ਸਮਾਂ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਲੈਣਿਆ ਉਠ ਦੇਖ ਸਵੇਰ ਹੋ ਗਈ ਐ ਸੂਰਜ ਚੜਾ ਆਇਆ ਤੇ ਤੁਸੀਂ ਹਜੇ ਤੱਕ ਸੁੱਤੇ ਹੋ ਉਠੋ ਵਸਤਰ ਧੋ ਕੇ ਲਿਆਓ ਇਹਨਾਂ ਨੂੰ ਸੁਕਾ ਕੇ ਤੇ ਲੈ ਆਓ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਗੁਰੂ ਜੀ ਹਜੇ ਤਾਂ ਰਾਤ ਹੋਈ ਐ ਤੁਸੀਂ ਕਿਧਰੋਂ ਦਿਨ ਚੜਾਈ ਜਾਂਦੇ ਹੋ ਤੁਸੀਂ ਵੇਖ ਲਓ ਬਾਹਰ ਨਿਕਲ ਕੇ ਹਜੇ ਰਾਤ ਐ ਤੇ ਉਹ ਕਹਿੰਦੇ ਨਹੀਂ ਸੂਰਜ ਨਿਕਲਿਆ ਹੋਇਆ ਹੈ ਉਹ ਜਦੋਂ ਕਹਿੰਦੇ ਦੁਬਾਰਾ ਕਹਿੰਦੇ ਪਾਈ ਲੈਣਿਆ ਉਠ ਤਾਂ ਉਹ ਜਦੋਂ ਉੱਠਦੇ ਨੇ ਉਹ ਕਿ ਪਾਈ ਬੁੱਢਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਹਜੇ ਤਾਂ ਰਾਤ ਹੈ ਉਹਨਾਂ ਕਹਿੰਤਾ ਤੇ ਤੁਸੀਂ ਵੀ ਮੰਨ ਲਿਆ ਰਾਤ ਹੈ ਸੋਜੋ ਸਵੇਰ ਹੋਏਗੀ ਤੋ ਲਿਆਓ ਹੁਣ ਕਿੱਥੇ ਸੁਕਾਂਦੇ ਫਿਰੋਗੇ ਕੱਪੜੇ ਉਹ ਕਹਿੰਦੇ ਨਹੀਂ ਗੁਰੂ ਜੀ ਦਾ ਹੁਕਮ ਹੈ ਜਿਉਂ ਨਾ ਕਿਹਾ ਤਾਂ ਐਵੇਂ ਹੀ ਹੋਏਗਾ ਉਹ ਉੱਠੇ ਅਤੇ ਚੱਲ ਪਏ ਉਹਨਾਂ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਉਹ ਜਦੋਂ ਦਰਿਆ ਦੇ ਕੋਲ ਜਾਂਦੇ ਹਨ ਉੱਥੇ ਦੇਖਦੇ ਨੇ ਉੱਥੇ ਸੱਚੀ ਹੀ ਸੂਰਜ ਨਿਕਲਿਆ ਹੁੰਦਾ ਹੈ ਪਹਿਲਾਂ ਤਾਂ ਉਹ ਦੇਖ ਕੇ ਹੈਰਾਨ ਹੁੰਦੇ ਨੇ ਫਿਰ ਕਹਿੰਦੇ ਨੇ ਕਿਉਂ ਵਾਹਿਗੁਰੂ ਨੇ ਉਹ ਕੁਝ ਵੀ ਕਰ ਸਕਦੇ ਹਨ ਅਤੇ ਫਿਰ ਵਸਤਰ ਧੋਂਦੇ ਨੇ ਉੱਥੇ ਸੁਕਾ ਕੇ ਤੈ ਲਗਾ ਕੇ ਅਤੇ ਵਾਪਸ ਲੈ ਆਉਂਦੇ ਨੇ ਉਹ ਥੋੜੇ ਹੀ ਸਮੇਂ ਵਿੱਚ ਵਾਪਸ ਆ ਜਾਂਦੇ ਨੇ ਜਦੋਂ ਉੱਥੋਂ ਚੱਲਦੇ ਨੇ ਉੱਥੇ ਸੂਰਜ ਹੀ ਨਿਕਲਿਆ ਹੁੰਦਾ ਪਰ ਜਦੋਂ ਉੱਥੇ ਵਾਪਸ ਆਉਂਦੇ ਨੇ ਤਾਂ ਉੱਥੇ ਦੇਖਦੇ ਨੇ ਉੱਥੇ ਹਜੇ ਵੀ ਹਨੇਰਾ ਹੁੰਦਾ ਹੈ ਆਕੇ ਉੱਥੇ ਵਸਤਰ ਧਰ ਦਿੰਦੇ ਨੇ ਗੁਰਨਾਨਕ ਜੀ ਦੇ ਕੋਲ ਤਾਂ ਬਾਬਾ ਬੁੱਢਾ ਜੀ ਕਹਿੰਦੇ ਭਾਈ ਲੈਣਾ ਜੀ ਗੱਲ ਤਾਂ ਦੱਸੋ ਅੱਧੀ ਰਾਤ ਐ ਹਨੇਰਾ ਐ ਤੇ ਤੁਸੀਂ ਕੱਪੜੇ ਵੀ ਹਨੇਰੇ ਚ ਕਿਵੇਂ ਧੋ ਕੇ ਲਿਆਏ ਸੁਕਾ ਵੀ ਲੈ ਆਇਓ ਤੇ ਤੈ ਵੀ ਲੈ ਆਇਓ ਮੈਨੂੰ ਸਮਝ ਨਹੀਂ ਆਈ ਇਹ ਸਭ ਕਿਵੇਂ ਹੋਇਆ ਉਹ ਕਹਿੰਦੇ ਬੁੱਢਾ ਜੀ ਬਾਬਾ ਬੁੱਢਾ ਜੀ ਤੁਸੀਂ ਗੱਲ ਦੱਸੋ ਮੈਨੂੰ ਤੁਸੀਂ ਗੁਰਨਾਨਕ ਦੇਵ ਜੀ ਨੂੰ ਕੀ ਸਮਝਦੇ ਹੋ ਉਹਨਾਂ ਕਿਹਾ ਇਹ ਨਿਰੰਕਾਰ ਨੇ ਕਹਿੰਦੇ ਫਿਰ ਦੱਸੋ ਜੋ ਸਭ ਇਹ ਨੌਖੰਡ ਚੱਲਦੇ ਪਏ ਨੇ ਇਹ ਜੋ ਸਾਰਾ ਕੁਝ ਹੁੰਦਾ ਪਿਆ ਇਹ ਨਿਰੰਕਾਰ ਦੇ ਕਾਰਨ ਮਰਜੀ ਨਾਲ ਹੀ ਹੋ ਰਿਹਾ ਨਾ ਉਹ ਕਹਿੰਦੇ ਹਾਂ ਜੀ ਫਿਰ ਨਿਰੰਕਾਰ ਦੇ ਹੁਕਮਾਂ ਦੇ ਨਾਲ ਸੂਰਜ ਕਿਉਂ ਨਹੀਂ ਚੜ੍ਹ ਸਕਦਾ ਉਹ ਕਹਿੰਦੇ ਉਹਨਾਂ ਨੂੰ ਬਾਅਦ 'ਚ ਜਦੋਂ ਕਿਹਾ ਤੇ ਉਹਨਾਂ ਨੂੰ ਬਾਅਦ 'ਚ ਸਮਝ ਆਈ ਉਹ ਕਹਿੰਦੇ ਤੁਸੀਂ ਸਮਝ ਗਏ ਸੀ ਗੁਰੂ ਦੀ ਰਮਜ ਪਰ ਮੈਂ ਨਹੀਂ ਸਮਝ ਸਕਿਆ ਫਿਰ ਗੁਰੂ ਦੇ ਹੁਕਮ ਨਾਲ ਚੱਲਦੇ ਨੇ ਤਾਂ ਫਿਰ ਸੂਰਜ ਕਿਉਂ ਨਹੀਂ ਨਿਕਲ ਸਕਦਾ ਉਹਨਾਂ ਕਿਹਾ ਹਾਂ ਜੀ ਮੈਂ ਸਮਝ ਗਿਆ ਗੱਲ ਸਿਰਫ ਸਮਝਣ ਵਾਲੀ ਹੈ ਸਤਿ ਬਚਨ ਕਹਿਨੇ ਸਿੱਖ ਲਵੋ ਜੋਤ ਲਾ ਕੇ ਚੜ੍ਹਦੇਵਾਲ ਮੂੰਹ ਕਰਕੇ ਬੈਠਣਾ ਤੇ ਧਿਆਨ ਲਾ ਕੇ ਪਾਠ ਕਰਨਾ ਜੇ ਪ੍ਰਭੂ ਦੀ ਪ੍ਰਾਪਤੀ ਹੀ ਕਰਨੀ ਹੈ ਨਾ ਤੇ ਵਾਹਿਗੁਰੂ ਕਹਿੰਦੇ ਜਿੱਦਾਂ ਮਰਜ਼ੀ ਮੂੰਹ ਕਰ ਲੈ ਭਾਵੇਂ ਪੁੱਠਾ ਲਟਕ ਜਾ ਬਸ ਤੂੰ ਨਾਮ ਜਪ ਸਹੀ ਵਾਹਿਗੁਰੂ ਦੀ ਪ੍ਰਾਪਤੀ ਲਈ ਕੋਈ ਦਿਸ਼ਾ ਨਹੀਂ ਹੁੰਦੀ ਪਰ ਮਰਯਾਦਾ ਵਿੱਚ ਲਿਖਿਆ ਹੈ ਕਿ 32 ਵਾਰ ਬ੍ਰह्म ਕਵਚ ਪਾਠ ਕਰਨਾ ਹੈ ਅਤੇ ਚੜ੍ਹਦੇਵਾਲ ਹੀ ਮੂੰਹ ਕਰਨਾ ਹੈ ਪਾਠ ਕਰਦੇ ਇਹ ਨਹੀਂ ਸੋਚਣਾ ਕਿ ਮੈਂ ਅੰਮ੍ਰਿਤ ਨਹੀਂ ਛਕਿਆ ਤਾਂ ਤੁਸੀਂ ਪਾਠ ਤਾਂ ਵੀ ਕਰੋ ਜਿਵੇਂ ਵਾਹਿਗੁਰੂ ਦੀ ਬਖਸ਼ੀਸ਼ ਨਾਲ ਅੱਜ ਤੁਸੀਂ ਪਾਠ ਕਰ ਰਹੇ ਹੋ ਤੇ ਵਾਹਿਗੁਰੂ ਤੁਹਾਡੇ ਤੇ ਮਿਹਰ ਕਰਨਗੇ ਤੁਸੀਂ ਅੰਮ੍ਰਿਤ ਵੀ ਆਪੇ ਛਕ ਲੋਗੇ ਕਈ ਲੋਕ ਕਹਿੰਦੇ ਨੇ ਕਿ ਮੈਂ ਅੰਮ੍ਰਿਤ ਨਹੀਂ ਛਕਿਆ ਪਰ ਵਾਹਿਗੁਰੂ ਅੰਮ੍ਰਿਤ ਵਰਗਾ ਹੀ ਹੈ ਮੈਂ ਕੁਝ ਹੋਰ ਨਹੀਂ ਖਾਂਦਾ ਮੈਂ ਕੁਝ ਵੀ ਗਲਤ ਨਹੀਂ ਖਾਂਦਾ ਪਰ ਸਿੱਖੋ ਜਿਵੇਂ ਵਾਹਿਗੁਰੂ ਨੇ ਤੁਹਾਨੂੰ ਇਹ ਦਾਤ ਦਿੱਤੀ ਹੈ ਤੇ ਕੁਝ ਸੋਚ ਸਮਝ ਕੇ ਹੀ ਦਿੱਤੀ ਹੋਏ ਫਿਰ ਤੁਸੀਂ ਉਸ ਦਾ ਕਿਉਂ ਨਹੀਂ ਪਾਲਣ ਕਰਦੇ ਗੱਲ ਤਾਂ ਸਿਰਫ ਹੁਕਮਾਂ ਦੀ ਪਾਲਣਾ ਕਰਨ ਦੀ ਹੈ ਨਾ ਤਾਂ ਫਿਰ ਆਪਾਂ ਕਿਉਂ ਨਹੀਂ ਕਰਦੇ ਜੇ ਕਿ ਸੋਚੇ ਕਿ ਮੈਂ ਸਿੱਖੀ ਨਹੀਂ ਅਪਣਾਈ ਤਾਂ ਤੁਸੀਂ ਇਹ ਵੀ ਆਪਣੇ ਮਨ ਵਿੱਚੋਂ ਵਹਿਮ ਕੱਢ ਦਿਓ ਉਹ ਵਾਹਿਗੁਰੂ ਜੇ ਤਾਨੂੰ ਪਾਠ ਕਰਨ ਦਾ ਬਲ ਬਖਸ਼ ਦੇ ਪੈ ਨੇ ਨਾ ਤਾਂ ਸਿੱਖੀ ਵੀ ਬਖਸ਼ਣਗੇ ਤੁਸੀਂ ਸਿਰਫ ਆਪਣਾ ਧਿਆਨ ਲਾ ਕੇ ਪਾਠ ਕਰੋ ਜੇ ਵਾਹਿਗੁਰੂ ਆਜ ਤਾਨੂੰ ਪਾਠ ਕਰਨ ਦਾ ਗੁਰਬਾਣੀ ਦੇ ਜਾਪ ਕਰਨ ਦਾ ਫਲ ਦੇ ਰਹੇ ਨੇ ਇੰਨਾ ਬਲ ਦੇ ਰਹੇ ਨੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਰਹੇ ਹੋ ਕੇ ਸੀ ਇਸ਼ਨਾਨ ਕਰ ਰਹੇ ਹੋ ਪਾਠ ਕਰ ਰਹੇ ਹੋ ਅਤੇ ਪੂਰੀ ਮਰਿਆਦਾ ਨਾਲ ਨਿਭਾ ਰਹੇ ਹੋ ਤਾਂ ਫਿਰ ਵਾਹਿਗੁਰੂ ਤੁਹਾਨੂੰ ਆਪੇ ਹੀ ਸਿੱਖੀ ਵੀ ਪ੍ਰਦਾਨ ਕਰਨਗੇ ਗੰਗਾ ਨਗਰ ਵਿੱਚ ਇੱਕ ਸਿੱਖ ਸੀ ਉਹ ਉਹਨੇ ਆਪਣੇ ਮਾਨਵਿਸ਼ ਧਾਰ ਲਿਆ ਕਿ ਉਹ ਪਾਠ ਕਰਨਗੇ ਉਹ ਨਵਾਲ ਵੀ ਨਹੀਂ ਸੀ ਰੱਖੇ ਹੋਏ ਕੇਸ ਵਗੈਰਾ ਕੁਝ ਨਹੀਂ ਸੀ ਰੱਖਿਆ ਹੋਇਆ ਥੋੜੇ ਦਿਨ ਪਾਠ ਕਰਦੇ ਰੇ ਬਾਅਦ ਚ ਛੱਡ ਦਿੱਤਾ ਅਤੇ ਸਿੱਖੀ ਵੀ ਉਹਨਾਂ ਨੇ ਕਿਹਾ ਕਿ ਵੇਖਾਂਗੇ ਬਾਅਦ ਚ ਪਰ ਜਦੋਂ ਨਾ ਪਾਠ ਛੱਡਿਆ ਵਾਹਿਗੁਰੂ ਜੀ ਦਾ ਐਸਾ ਸੁਪਨਾ ਆਇਆ ਕਿ ਉਹ ਪਾਠ ਵੀ ਕਰਨ ਲੱਗੇ ਤੇ ਨਾਲ ਸਿੱਖੀ ਵੀ ਤਾਰ ਲਈ ਉਹਨਾਂ ਉਸ ਦਿਨ ਤੋਂ ਕਿਹਾ ਕਿ ਵਾਹਿਗੁਰੂ ਮੈਂ ਅੱਜ ਤੋਂ ਕਦੀ ਵੀ ਪਾਠ ਨਹੀਂ ਛੱਡਾਂਗਾ ਚਾਹੇ ਜ਼ਿੰਦਗੀ 'ਚ ਕੁਝ ਵੀ ਹੋਏ ਮੈਨੂੰ ਤੁਹਾਡੇ ਹੁਕਮਾਂ ਤੇ ਚੱਲਣਾ ਤੇ ਮੈਨੂੰ ਇਹੀ ਤੁਹਾਡੀ ਸਿੱਖਿਆ ਜੋ ਹੈ ਮੈਨੂੰ ਸਭ ਤੋਂ ਪਿਆਰੀ ਲੱਗਦੀ ਹੈ ਅਤੇ ਮੈਂ ਰਹਿਤ ਮਰਿਆਦਾ ਵਿੱਚ ਹੀ ਰਵਾਂਗਾ ਕਿਉਂਕਿ ਉਹਨੇ ਸਤਿਵਚਨ ਕਹਿਣੇ ਸਿੱਖਲੇ ਸੀ ਕੋਈ ਵਿਕਾਰ ਚ ਲੜਾਈ ਹੋਵੇ ਕਲੇਸ਼ ਹੋਵੇ ਮੁਸੀਬਤ ਆਏ ਕਦੇ ਕੁਝ ਵੀ ਆਵੇ ਉਦੋਂ ਤੁਸੀਂ ਇਹ ਪਾਠ ਕਰਕੇ ਦੇਖ ਲਓ ਉਸ ਤੁਹਾਨੂੰ ਆਪੇ ਹੀ ਗੁਰੂ ਦੀ ਬਖਸ਼ੀਸ਼ ਦਿਖ ਜਾਏਗੀ ਕਿ ਗੁਰੂ ਸਾਡੇ ਤੇ ਕਿਵੇਂ ਬਖਸ਼ੀਸ਼ ਕਰਦੇ ਨੇ ਹਰ ਇੱਕ ਚੀਜ਼ ਦਾ ਇੱਕ ਆਪਣਾ ਭਾਵ ਹੁੰਦਾ ਤੁਸੀਂ ਇਸ ਨੂੰ ਬ੍ਰह्म ਕਵਚ ਪਾਠ ਨੂੰ ਵਿਧੀ ਅਨੁਸਾਰ ਕਰਕੇ ਦੇਖ ਲਓ ਅਤੇ ਤੁਸੀਂ ਖੁਦ ਹੀ ਜਦੋਂ 40 ਦਿਨ 32 ਵਾਰੇ ਪਾਠ ਕਰੋਗੇ ਤਾਡੇ ਮੰਨ ਦੇ ਅੰਦਰ ਇੱਕ ਵਖਰਾ ਹੀ ਪ੍ਰਭਾਵ ਹੋਵੇਗਾ ਅਤੇ ਵਖਰਾ ਹੀ ਇੱਕ ਉਤਸ਼ਾਹ ਹੋਵੇਗਾ ਤੁਸੀਂ ਤੁਹਾਡੇ ਨੇੜੇ ਕੋਈ ਵੀ ਕੋਈ ਰੋਗ ਕੋਈ ਗਰੀਬੀ ਕੋਈ ਦੁੱਖ ਕੁਝ ਨਹੀਂ ਆਏਗਾ ਕਿਉਂਕਿ ਤੁਸੀਂ ਉਸ ਵਾਹਿਗੁਰੂ ਦੇ ਨੇੜੇ ਪਹੁੰਚ ਗਏ ਹੋ ਤੁਹਾਡੇ ਜੋ ਵੀ ਦੁੱਖ ਸਨ ਉਹ ਵਾਹਿਗੁਰੂ ਨੇ ਸਾਰੇ ਕੱਟ ਲਏ ਹਨ ਅਤੇ ਤੁਹਾਨੂੰ ਹੁਣ ਸਿਰਫ ਸੁੱਖਾਂ ਦੀ ਹੀ ਪ੍ਰਾਪਤੀ ਕੀਤੀ ਹੈ ਕਿਉਂਕਿ ਵਾਹਿਗੁਰੂ ਕਹਿੰਦੇ ਨੇ ਜੋ ਗੁਰਬਾਣੀ ਦੇ ਲੜ ਲੱਗਦਾ ਹੈ ਜੋ ਆਪਣੇ ਗੁਰੂ ਦੀ ਪਾਲਣਾ ਕਰਦਾ ਹੈ ਸਿੱਖਿਆ ਤੇ ਚੱਲਦਾ ਉਹਨੂੰ ਕਦੀ ਕੋਈ ਦੁੱਖ ਰੋਗ ਨਹੀਂ ਹੁੰਦਾ ਤੁਸੀਂ ਆਪਣੇ ਘਰ ਹੀ ਦੇਖ ਲਓ ਅਗਰ ਤੁਸੀਂ ਮਾਤਾ ਪਿਤਾ ਜੋ ਕਹਿੰਦੇ ਹਨ ਉਹ ਹੀ ਮੰਨਦੇ ਹੋ ਅਤੇ ਉਹਨਾਂ ਨੇ ਤੁਹਾਡੇ ਉਹਨਾਂ ਦੀ ਸਿੱਖਿਆ ਦੇ ਰਾਹ ਤੇ ਚੱਲਦੇ ਹੋ ਤੁਸੀਂ ਕੋਈ ਚੀਜ਼ ਮੰਗਦੇ ਹੋ ਕਦੀ ਮਨਾਂ ਕਰਦੇ ਨੇ ਨਹੀਂ ਨਾ ਚਾਹੇ ਉਸ ਸਮੇਂ ਤਹਾਨੂੰ ਉਹ ਨਹੀਂ ਲੈ ਕੇ ਦੇ ਸਕਦੇ ਤਾਂ ਨਹੀਂ ਦਿੰਦੇ ਪਰ ਕੁਝ ਸਮੇਂ ਪਛਾਤ ਉਹ ਆਪੀ ਚੀਜ਼ ਲੈ ਕੇ ਦੇ ਦਿੰਦੇ ਨੇ ਐਵੇਂ ਹੋ ਵਾਹਿਗੁਰੂ ਨੇ ਜਦੋਂ ਤੁਹਾਡੇ ਲਈ ਉਹ ਨਿਸ਼ਚਿਤ ਸਮਾਂ ਆ ਜਾਂਦਾ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਸ ਨੂੰ ਇਹ ਚੀਜ਼ ਪ੍ਰਦਾਨ ਕਰਨੀ ਚਾਹੀਦੀ ਹੈ ਉਹ ਆਪੇ ਹੀ ਤੁਹਾਨੂੰ ਦਿੰਦੇ ਨੇ ਤੁਸੀਂ ਸਿਰਫ ਕਿਰਤ ਕਰੋ ਫਲ ਦੀ ਚਿੰਤਾ ਨਾ ਕਰੋ ਕਿਉਂਕਿ ਫਲ ਤਾਂ ਮਿਲਣਾ ਹੀ ਮਿਲਣਾ ਹੈ ਉਹ ਵਾਹਿਗੁਰੂ ਦੇਗਾ ਜੇ ਮਾੜੇ ਕਰਮਾਂ ਦਾ ਫਲ ਮਿਲਦਾ ਹੈ ਤਾਂ ਚੰਗੇ ਕਰਮਾਂ ਦਾ ਹੀ ਫਲ ਮਿਲਦਾ ਹੈ ਜਿਵੇਂ ਅਸੀਂ ਕਿਸੇ ਨਾਲ ਮਾੜਾ ਕਰਦੇ ਹਾਂ ਕਿਸੇ ਨੂੰ ਫਿੱਕੇ ਬੋਲ ਬੋਲਦੇ ਹਾਂ ਕਿਸੇ ਨੂੰ ਹਮੇਸ਼ਾ ਨੀਚਾ ਵਿਖਾਉਂਦੇ ਹਾਂ ਤਾਂ ਯਾਦ ਰੱਖੋ ਉਹ ਮੁੜ ਕੇ ਤੁਹਾਡੇ ਵੱਲ ਵੀ ਆਏਗਾ ਜੇ ਆਪਾਂ ਕਦੇ ਕਿਸੇ ਤੇ ਇੱਕ ਉਂਗਲ ਚੱਕਦੇ ਆ ਤਾਂ ਤੁਸੀਂ ਆਪਣੇ ਹੱਥ ਵੱਲ ਦੇਖ ਲਓ ਉਹ ਤਿੰਨ ਉਂਗਲਾਂ ਵਾਪਸ ਤੁਹਾਡੇ ਵੱਲ ਹੀ ਆ ਰਹੀਆਂ ਨੇ ਇਸ ਲਈ ਕਿਸੇ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇਹ ਸੋਚ ਲਓ ਕਿ ਵਾਹਿਗੁਰੂ ਦੀ ਤੁਹਾਡੇ ਤੇ ਨਿਗਾਹ ਹੈ ਵਾਹਿਗੁਰੂ ਤੁਹਾਨੂੰ ਦੇਖ ਰਹੇ ਨੇ ਆਪਾਂ ਜੋ ਬੀਜਦੇ ਆ ਉਹੀ ਖਾਂਦੇ ਆ ਫਿਰ ਜਦੋਂ ਪਤਾ ਹੈ ਕਿ ਜੋ ਬੀਜਣਾ ਉਹੀ ਖਾਣਾ ਹੈ ਤਾਂ ਫਿਰ ਚੰਗਾਈ ਕਿਉਂ ਨਹੀਂ ਬੀਜਦੇ ਚੰਗਾ ਕਿਉਂ ਨਹੀਂ ਕਰਦੇ ਚੰਗੇ ਕਰਮ ਕਰਾਂਗੇ ਤਾਂ ਚੰਗਾ ਹੀ ਮਿਲੇਗਾ ਇਸ ਲਈ ਵੈਗੁਰੂ ਜੀ ਕਹਿੰਦੇ ਨੇ ਤੂੰ ਗੁਰਬਾਣੀ ਦਾ ਜਾਪ ਕਰ ਵੈਗੁਰੂ ਦੇ ਲੜ ਲੱਗ ਤੂੰ ਆਇਆ ਹੀ ਧਰਤੀ ਤੇ ਇਹ ਸਭ ਕੁਝ ਕਰਨ ਹੈ ਨਾ ਕਿ ਤੂੰ ਕਿਸੇ ਦੀ ਈਰਖਾ ਕਰਨ ਆਇਆ ਕਿ ਉਹਨੇ ਇੱਡਾ ਮਹਿਲ ਕੋਠੀ ਛੱਤ ਲਈ ਤਾਂ ਮੈਂ ਵੀ ਓਡੀ ਬਣਾਉਣੀ ਹੈ ਰੀਸ ਭੀ ਰੀਸ ਨਹੀਂ ਕਰਨੀ ਕਰਨੀ ਹੈ ਤਾਂ ਚੰਗੇ ਕਰਮਾਂ ਦੀ ਕਰੋ